ਜਦੋਂ ਗੁਰੂ ਦੇ ਨਾਲ ਕਲਾ ਪਾਸਣ ਲੱਗੀ ਲੋਕਾਂ ਦੇ ਨਾਲ ਗੁਰੂ ਨਾਨਕ ਨੇ ਉੱਥੇ ਦੀ ਇੱਕ ਸਲੀਮਾ ਬੇਗਮ ਹੈ ਥੋੜੀ ਜਿਹੀ ਉਮਰ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦੀ ਪਾਠ ਹੋ ਗਈ ਪਾਠ ਕੀ ਇੰਨੀ ਹੋਈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੇ ਦਿਨ ਭਰ ਹੋ ਕੇ ਜੀਵਨ ਦਾ ਲਾਜ ਜਦੋਂ ਜੀਵਨ ਢਾਲਦੀ ਹੈ ਤੇ ਸਲੀਮਾ ਬੇਗ ਗੁਰੂ ਨਾਨਕ ਦੀ ਬਾਣੀ ਸੁਣ ਸੁਣ ਕੇ ਤੇ ਪੂਰੀ ਫਰਮੁੱਲ ਤੋਂ ਜਦੋਂ ਜਾਣਾ ਗੁਰੂ ਨਾਨਕ ਨੇ ਰਵਾਬ ਵਜਾਉਣੀ ਤੇ ਸਲੀਮਾ ਬੇਗ ਨੇ ਜਾ ਕੇ ਜਦੇ ਬਾਣੀ ਸੁਣ ਲੱਗ ਜਾਣਾ ਤੇ ਉਹਦਾ ਘਰਵਾਲਾ ਸੀ ਜਾਜਾ ਗੁਲਾਮ ਉਹ ਜਾਜਾ ਗੁਲਾਮ ਜਿਹਨਾਂ ਦਾ ਘਰਵਾਲਾ ਸੀ ਉਹ ਵਪਾਰੀ ਸੀ ਉਹ ਬਹੁਤ ਵੱਡਾ ਵਪਾਰੀ ਸੀ ਉਹਨੇ ਬਾਹਰ ਦੇ ਦੇਸ਼ਾਂ ਜਾ ਕੇ ਕਿਸਰ ਵਰਗੇ ਦੇਸ਼ਾਂ ਜਾ ਕੇ ਵਪਾਰ ਕਰਨਾ ਰਹਿੰਦੀ ਬੁਦਾਸ ਸੀ ਉਹਨੇ ਮਿਸਰ ਦੇਸ਼ਾਂ ਦੇ ਬੀਜੇ ਲੈਣੇ ਤੇ ਬਾਹਰ ਜਾਣਾ ਬਾਹਰੋਂ ਫਿਰ ਕਮਾਈ ਕਰਕੇ ਲੈ ਕੇ ਜਦੋਂ ਕਮਾਈ ਕਰਨੀ ਤੇ ਸਲੀਮਾ ਬੇਗ ਗੁਰੂ ਨਾਨਕ ਦੇ ਮਹਾਰਾਜ ਦੀ ਪਾਸ਼ਕੋਈ ਹੋਈ ਗੁਰੂ ਨਾਨਕ ਦੀ ਬਾਣੀ ਸੁਣਦੀ ਜਾਂਦੀ ਤੇ ਬਾਣੀ ਸੁਣਦੀ ਸੁਣਦੀ ਦਾ ਮਨ ਐਸਾ ਲੱਗਦਾ ਤੇ ਗੁਰੂ ਨਾਨਕ ਨੂੰ ਅਗਲਾ ਰੂਪ ਰੂਪ ਦਿਖਾਉਂਦਾ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਸਮਝ ਕੇ ਦਰਸ਼ਨ ਕਰਨ ਲੱਗ ਗਏ ਪਤਾ ਨਿਕਲ ਲੱਗ ਗਈ ਤੇ ਕਿੱਡੀ ਬੜੀ ਕਲਾ ਹੋਈ ਤੇ ਨਾਲ ਦੀ ਨਾਲ ਉਹਨੇ ਬੇਨਤੀ ਕਰਨੀ ਵੀ ਮੇਰਾ ਪਰਿਵਾਰ ਪਾ ਲੈਂਦਾ ਜਦੋਂ ਜਾਗਰ ਮਹੀਨੇ ਤੇ ਮੇਰੇ ਤੇ ਕਿਰਪਾ ਕਰੀ ਮੇਰੇ ਪਰਿਵਾਰ ਤੇ ਕਿਰਪਾ ਕਰੀ ਰਹਿਮਤਾਂ ਬਖਸ਼ੀ ਮੇਰੇ ਪਰਿਵਾਰ ਉਹ ਸਲੀਮਾ ਬੇਗ ਰੋਜ਼ ਬੇਨਤੀਆਂ ਕਰਦੀ ਹੈ ਤੇ ਦੁੱਖ ਦੇ ਚਰਨਾਂ ਦੇ ਹੱਥ ਨਹੀਂ ਪਹੁੰਚਦੀ ਹੈ ਤੇ ਨਾਲੇ ਹਾਜ਼ਰੀ ਪਹੁੰਚਦੀ ਆ ਤੇ ਨਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਬੇਨਤੀਆਂ ਕਰਦੀ ਆ ਸੱਚੇ ਪਾਤਸ਼ਾਹ ਸਦਾ ਜੀਵਨ ਹੀ ਬਣ ਜਾਵੇ ਕਿਉਂਕਿ ਨਾਮ ਤੇਰਾ ਤਿਰੰਕਾਰ ਹੈ
ਨਾ ਲਿਆ ਨਰਕ ਨਾ ਜਾਈਏ ਇਹ ਹੁਕਮ ਸਭ ਦਿਸਦਾ ਤੇ ਖਾਜੇ ਆਪ ਗਵਾਈ ਹੈ ਜੇ ਲੋੜ ਹੈ ਜਿੰਦਾ ਆਪਣਾ ਕਰ ਫੁੱਲੋ ਦੀ ਸਦਾਈ ਹੈ ਜੇ ਜਰਮਾਨਾ ਪਰ ਹੋਰੇ ਜਰ ਬੇਸ ਗੁਰੇਤੀ ਹੈ ਇਹ ਭਜਨ ਰੋਜ਼ ਪੜ੍ਹਦੇ ਰੋਜ਼ ਸਭ ਸੋਨੇ ਗੁਣਾਂ ਦੀ ਬਾਣੀ ਦੇ ਜਦੋਂ ਬਾਣੀ ਸੋਨੀ ਤੇ ਸ਼ਬਦ ਉਹੀ ਪੜ੍ਹਨਾ ਨਜ਼ਰ ਕਰੇ ਨੇ ਆਪਣੇ ਦਾ ਨਜ਼ਰੀ ਸਤਿਗੁਰੂ ਪਾਇਆ ਸੱਚੇ ਪਾਤਸ਼ਾਹ ਤੇਰੀ ਕਿਤੇ ਨਜ਼ਰ ਹੋ ਜਾਵੇ ਤੇ ਅਸੀਂ ਵੀ ਉਸ ਅਕਾਲ ਪੁਰਖ ਦੇ ਦਵਾਰੇ ਕਰ ਲਈਏ ਅਸੀਂ ਵੀ ਅੱਲਾਹ ਤਾਲਾ ਦੇ ਦਵਾਰੇ ਕਰ ਲਈਏ ਰੋਜ਼ ਗੁਰਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕਰਦੇ ਬੇਨਤੀਆਂ ਤੋਂ ਬਾਅਦ ਤੇ ਸਮਾਂ ਲੰਘਿਆ ਜਾਜਾ ਜੁਲਾ ਜਦੋਂ ਬਿਸਰ ਦੇ ਵਿੱਚ ਗਿਆ ਸੌਦਾ ਕਰਨ ਵਾਸਤੇ ਚਲਿਆ ਗਿਆ ਤੇ ਸੌਦਾ ਕਰਨ ਵਾਸਤੇ ਜਾਜਾ ਜੁਲਾ ਮਿਸਰ ਪਹੁੰਚਿਆ ਊਠ ਨਾਲ ਆਇਆ ਊਠ ਦੇ ਆਪਣਾ ਸਮਾਨ ਲੰਘਿਆ ਆਇਆ ਊਠ ਨੂੰ ਬੰਨ ਕੇ ਨਾਲ ਪੈ ਗਿਆ ਰਾਮ ਕਰਨ ਲੱਗ ਗਿਆ ਜਦੋਂ ਰਾਮ ਕਰਦਾ ਕਹਿੰਦੇ ਊਠ ਖੁੱਲ ਗਿਆ ਜਦੋਂ ਊਠ ਖੁੱਲਿਆ ਤਾਂ ਖੁੱਲ ਕੇ ਖਰਬੂਜਿਆਂ ਦੇ ਫੇਰੀ ਜਾ ਪੜਿਆ ਬਾਬੇ ਜਾ ਪੜਿਆ ਖਰਬੂਜੇ ਲੱਗੇ ਹੋਏ ਉਹ ਮਿਸਰ ਦੇ ਲੋਕ